किसान एकता जिंदाबाद, किसान एकता जिंदाबाद। किसान लाइव न्यूज देख रहे तमाम दर्शकों मेरे करनी जानी हरमिंदर सिंह वालों गुरु फतेह प्रवान हो जी। वाहेगुरु जी का खालसा, वाहेगुरु जी की फतेह। अज असी जानना चाहिए कि किसान जो तकरीबन ही घर के मर्द बंदे जो वो किसानी संघर्ष दिल्ली पहुँचे हुए हैं, तो मेरिया भैन बैठिया सन उन्होंने पूछना चाहन असी रुके कि भैन जी तुसी फिर पिछों खेतीबाड़ी का किवें संभाल हो, तो उन्होंने जबानी ही सुनते हैं कि वह की कह रहे हैं। सत श्रीकाल भैन जी, ये जो किसानी मुद्दे संघर्ष चल रहा है तो ਤੁਹਾਡੇ ਘਰ ਦੇ ਵਿੱਚੋਂ ਵੀ ਮਰਦ ਗਏ ਨੇ? ਹਾਂਜੀ। ਤੇ ਪਿੱਛੋਂ ਫਿਰ ਖੇਤਾਂ ਦਾ ਕਿੱਦਾਂ ਸੰਭਾਲਦੇ? ਸੰਭਾਲ ਲੈਂਦੇ ਆ ਸਾਰਾ ਖੇਤਾਂ ਦਾ। ਠੀਕ ਆ ਜੀ। ਹਾਂਜੀ। ਤੇ ਬਾਕੀ ਪਸ਼ੂ ਡੰਗਰ ਪਸ਼ੂ ਦਾ ਕਿੱਦਾਂ? ਸਭ ਪਸ਼ੂਆਂ ਨੂੰ ਹੀ ਸੰਭਾਲ ਰਹੇ ਆ, ਖੇਤੀ ਵੀ ਸੰਭਾਲ ਰਹੇ ਆ। ਠੀਕ ਆ ਜੀ। ਸਾਰਾ ਕੰਮ ਕਰ ਰਹੇ ਆ ਸਾਡੇ ਗਏ ਸਾਰੇ ਬੰਦੇ। ਠੀਕ ਆ ਜੀ। ਹਾਂਜੀ। ਇਹ ਆਪਣੀ ਹੋਂਦ ਬਚਾਉਣ ਖਾਤਰ ਹੀ ਆਪਾਂ ਕਰ ਰਹੇ ਆ। ਹਾਂਜੀ। ਇਹ ਆਪਣੀ ਨਸਲ ਤੇ ਫਸਲ ਦਾ? ਹਾਂਜੀ, ਇਹ ਬਿੱਲ ਜਿਹੜੇ ਰੱਦ ਹੋਣੇ ਚਾਹੀਦੇ ਆ। ਬਿਲਕੁਲ ਜੀ। ਤੇ ਤਾਂ ਹੀ ਕਿਸਾਨਾਂ ਦਾ ਬਚਾਅ ਆ। ਇਹ ਜਿਹੜੇ ਸਾਡੇ ਕੋਲ ਬੱਚੇ ਬੈਠੇ ਨੇ ਦਿਖਾ ਦਿੱਤੇ ਜਾਣ, ਇਹ ਇਹਨਾਂ ਦੀ ਹੋਂਦ ਬਚਾਉਣ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ, ਅਤੇ ਇਹਨਾਂ ਦੀ ਮਤਲਬ ਕਿ ਹੋਂਦ ਬਚਾਉਣ ਵਾਸਤੇ ਨਸਲ ਅਤੇ ਫਸਲ, ਇਹ ਸਾਡੀ ਨਸਲ ਹੈ ਅਤੇ ਫਸਲ, ਉਹਨੂੰ ਬਚਾਉਣ ਵਾਸਤੇ ਗਏ ਨਾ? ਹਾਂਜੀ, ਉਹਨੂੰ ਬਚਾਉਣ ਵਾਸਤੇ ਗਏ। ਅਤੇ ਹੋਰ ਜੇਕਰ ਉੱਥੇ ਜ਼ਿਆਦਾ ਟਾਈਮ ਲੱਗ ਗਿਆ ਤਾਂ ਫਿਰ ਤੁਸੀਂ? ਹਾਂਜੀ, ਕੋਈ ਨਹੀਂ, ਹਾਂਜੀ ਡਟੇ ਰਹਾਂਗੇ। ਤੁਸੀਂ ਆਪ ਹੀ ਸੰਭਾਲੋਗੇ? ਹਾਂਜੀ, ਆਪ ਸੰਭਾਲਾਂਗੇ। ਠੀਕ ਆ ਜੀ। ਭੈਣ ਜੀ ਦਾ ਨਾਮ? ਨਿਰਮਲਜੀਤ ਕੌਰ। ਨਿਰਮਲਜੀਤ ਕੌਰ। ਹਾਂਜੀ। ਬਹੁਤ ਵਧੀਆ ਆਪ ਦਾ ਉਪਰਾਲਾ ਹੈ। ਹਾਂਜੀ। ਅਤੇ ਆਪ ਜੀ ਦੇ ਆਰੰਭੇ ਗਏ ਸੰਘਰਸ਼ ਨੂੰ ਮੈਂ ਸਲੂਟ ਕਰਦਾ, ਕਿਉਂਕਿ ਮਰਦ ਜੋ ਵਿਅਕਤੀ ਆਪ ਦੇ ਭਾਈ ਸਾਹਿਬ ਹਸਬੈਂਡ ਦਿਓਰ ਜੇਠ ਜੋ ਵੀ ਨੇ ਉਹ ਦਿੱਲੀ ਸੰਘਰਸ਼ 'ਚ ਸੰਘਰਸ਼ ਕਰ ਰਹੇ ਨੇ, ਅਤੇ ਆਪ ਇੱਥੇ ਖੇਤੀਬਾੜੀ ਸੰਭਾਲ ਕੇ ਇੱਥੇ ਸੰਘਰਸ਼ ਕਰ ਰਹੇ? ਹਾਂਜੀ, ਇੱਥੇ ਕਰ ਰਹੇ, ਇੱਥੇ ਸੰਘਰਸ਼ ਕਰ ਰਹੇ। ਬਹੁਤ ਵਧੀਆ ਜੀ, ਸਲੂਟ ਬਣਦਾ ਹੈ ਆਪ ਨੂੰ ਕਿ ਆਪ ਮਰਦਾਂ ਦਾ ਕੰਮ ਔਰਤ ਹੋ ਕੇ ਸੰਭਾਲ ਰਹੇ ਹੋ। ਪਰ ਅੱਜ ਕੱਲ੍ਹ ਔਰਤ ਨੂੰ ਕਦੇ ਵੀ ਮਰਦ ਦੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ। ਸੋ ਹੋਰ ਕੀ ਕਹਿਣਾ ਚਾਹੋਗੇ ਭੈਣ ਜੀ? ਬਸ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਬਿੱਲ ਆ ਉਹ ਰੱਦ ਹੋ ਜਾਣ ਜੀ ਜੀ, ਅਤੇ ਕਿਸਾਨਾਂ ਨੂੰ ਜੋ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜੀ ਜੀ ਜੀ। ਹਾਂਜੀ, ਕਿਉਂਕਿ ਸਾਲ ਹੋ ਚੱਲਿਆ ਅਤੇ 3 ਮਹੀਨੇ ਲਗਾਤਾਰ ਦਿੱਲੀ ਵਿੱਚ ਹੋ ਗਏ ਆਪਣੇ ਕਿਸਾਨਾਂ ਨੂੰ ਬੈਠਿਆਂ, ਅਤੇ ਇਸ ਤੋਂ ਪਹਿਲਾਂ ਜਿਹੜਾ ਸ਼ਾਂਤਮਈ ਧਰਨਾ ਪੰਜਾਬ ਵਿੱਚ ਚਲਾਇਆ ਗਿਆ ਸੀ ਇਸ ਨੂੰ ਮਿਲਾ ਕੇ 1 ਸਾਲ ਹੋ ਚੱਲਿਆ। ਹਾਂਜੀ, 1 ਸਾਲ ਹੋ ਗਿਆ। ਅਤੇ ਹੁਣ ਮੋਦੀ ਨੂੰ ਚਾਹੀਦਾ ਕਿ ਆਪਣਾ ਅੜੀਆਲ ਛੱਡ ਪਈਆ? ਹਾਂਜੀ, ਉਹਨਾਂ ਨੂੰ ਚਾਹੀਦਾ ਅੜੀਆਲ ਛੱਡ ਕੇ ਅਤੇ ਕਿਸਾਨਾਂ ਦੀ ਸੁਣਨ, ਉਹਨਾਂ ਦੀ ਮਦਦ ਕਰਨ ਜੀ ਜੀ ਜੀ। ਸੋ ਭੈਣ ਜੀ, ਅੱਜ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਪੰਜਾਬ ਹਰਿਆਣਾ ਲਾਈਵ ਨਾਲ ਗੱਲ ਕਰਕੇ ਦੱਸਿਆ ਕਿ ਖੇਤੀਬਾੜੀ ਦਾ ਕੰਮ ਅਸੀਂ ਸੰਭਾਲ ਰਹੇ ਹਾਂ। ਸੋ ਬੀਜ ਨਾਲ ਗੱਲ ਕਰਦੇ ਹਾਂ ਵੀ ਕੀ ਕਹਿਣਾ ਚਾਹੋਗੇ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਬਾਰੇ, ਕਿਸਾਨੀ ਮੰਗਾਂ ਬਾਰੇ ਮੋਦੀ ਨੂੰ ਕੀ ਕਹਿਣਾ ਚਾਹੋਗੇ ਕਿ ਸਾਡੇ ਬਿੱਲ ਰੱਦ ਕਰੇ? ਹਾਂਜੀ, ਬਿੱਲ ਰੱਦ ਕਰ ਦਿੱਤੇ। ਸੋ ਮਰਦ ਸਾਰੇ ਗਏ ਨੇ, ਆਪ ਖੇਤੀਬਾੜੀ ਦਾ ਪਿੱਛੋਂ ਸੰਭਾਲ ਰਹੇ? ਸਭ ਰਲ ਮਿਲ ਕੇ ਬੀਬੀਆਂ, ਮੈਂ ਦੇਖਿਆ ਕਿ ਬੈਠ ਕੇ ਗੱਪਾਂ ਛੱਪਾਂ ਮਾਰ ਰਹੇ, ਨਾਲੇ ਸ਼ਾਮ ਦਾ ਟਾਈਮ ਹੋ ਗਿਆ ਰੋਟੀ ਪਾਣੀ ਦਾ, ਤੇ ਖੇਤੀਬਾੜੀ ਦਾ ਕੰਮ ਨਿਬੜ ਗਿਆ ਸਾਰਾ? ਹਾਂਜੀ ਹਾਂਜੀ। ਤੇ ਬਾਕੀ ਪਾਣੀ ਪੂਣੀ ਜੋ ਲਾਉਣਾ ਹੁੰਦਾ ਜਾਂ ਖਾਦ ਪਾਉਣੀ ਸਾਰਾ ਸਭ ਕਰੀਦਾ? ਸਭ ਕੁਝ ਕਰਦੇ ਹੋ? ਸੋ ਇਹ ਨੇ ਉਹ ਪੰਜਾਬ ਦੀਆਂ ਕਿਸਾਨ ਧੀਆਂ ਭੈਣਾਂ ਜੋ ਮਰਦ ਦਿੱਲੀ ਸੰਘਰਸ਼ ਕਰ ਰਹੇ ਨੇ, ਅਤੇ ਇਹ ਆਪਣੇ ਇੱਥੇ ਫਸਲਾਂ ਨੂੰ ਬਚਾਉਣ ਲਈ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਨੇ, ਅਤੇ ਮੋਦੀ ਨੂੰ ਸਿਫਾਰਿਸ਼ ਵੀ ਕਰ ਰਹੀਆਂ ਨੇ ਅਤੇ ਚੁਣੌਤੀ ਵੀ ਦੇ ਰਹੀਆਂ ਨੇ ਕਿ ਜਾਰੀ ਕੀਤੇ ਗਏ ਕਾਲੇ 3 ਕਾਨੂੰਨੀ ਬਿੱਲ ਜੋ ਉਹ ਰੱਦ ਕਰ ਦੇਵੇ, ਨਹੀਂ ਤਾਂ ਫਿਰ ਪੰਜਾਬ ਦਾ ਉੱਠਿਆ ਗੁੱਸਾ ਤੇਰੇ ਤੋਂ ਸੰਭਾਲਿਆ ਨਹੀਂ ਜਾਣਾ। ਸੋ ਹੁਣ ਤੋਂ ਕੁਝ ਦੇਰ ਪਹਿਲਾਂ ਇੱਕ ਬਾਈਟ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਟਪਿਆਲਾ ਕਹਿ ਕੇ ਗਏ ਸੀ ਕਿ ਤੁਸੀਂ ਇਸ਼ਾਰਾ ਸਮਝ ਲਓ, ਇਹ ਕ੍ਰਾਂਤੀ ਆਉਣ ਵਾਲੀ ਹੈ ਬਹੁਤ ਵੱਡੀ। ਸੋ ਮੈਂ ਹੋਰ ਭੈਣ ਨਾਲ ਗੱਲ ਕਰਨੀ ਚਾਹਾਂਗਾ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਮਨਦੀਪ ਕੌਰ ਜੀ। ਭੈਣ ਮਨਦੀਪ ਕੌਰ ਜੀ, ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਦੇਖਿਆ ਗਿਆ ਹੈ ਕਿ ਤਕਰੀਬਨ ਹੀ ਘਰਾਂ ਦੇ ਵਿੱਚੋਂ ਤਕਰੀਬਨ ਸਾਰੇ ਮੈਂਬਰ ਜਿਹੜੇ ਘਰਾਂ ਦੇ ਨੇ ਉਹ ਦਿੱਲੀ ਸੰਘਰਸ਼ 'ਤੇ ਬੈਠੇ ਨੇ। ਹਾਂਜੀ। ਅਤੇ ਔਰਤਾਂ ਜੋ ਨੇ ਖੇਤੀਬਾੜੀ ਦਾ ਕੰਮ ਸੰਭਾਲ ਰਹੀਆਂ ਨੇ। ਹਾਂਜੀ ਹਾਂਜੀ। ਅਤੇ ਤੁਸੀਂ ਵੀ ਫਿਰ ਸੰਭਾਲ ਰਹੇ ਹੋ? ਹਾਂਜੀ, ਜਿੱਥੋਂ ਤੱਕ ਹੋ ਸਕਦਾ ਅਸੀਂ ਆਪਣਾ ਸਾਥ ਦੇਵਾਂਗੇ। ਬਿਲਕੁਲ ਜੀ। ਹਾਂਜੀ, ਹੋਰ ਕੁਛ ਨਹੀਂ, ਚਲੋ ਇੱਥੇ ਬਹਿ ਕੇ ਸਾਥ ਦੇਵਾਂਗੇ,
ਇਹ ਆ ਜਾਣੀ ਕਿ ਕਾਨੂੰਨ ਜਿਹੜੇ ਰੱਦ ਹੋਣੇ ਚਾਹੀਦੇ ਆ ਅਤੇ ਸਾਰੇ ਜਿਹੜੇ ਉੱਥੇ ਬੈਠੇ ਆ ਬਜ਼ੁਰਗ ਜੋ ਵੀ ਆ ਬੱਚੇ ਵੀ ਉੱਥੇ ਗਏ ਆ ਵਾਪਸ ਆਉਣੇ ਚਾਹੀਦੇ ਰੱਦ ਹੋਣ ਅਤੇ ਜਲਦੀ ਵਾਪਸ ਆਉਣਾ ਆਪਣੇ ਘਰਾਂ ਨੂੰ ਬਿਲਕੁਲ ਜੀ ਬਿਲਕੁਲ ਹੁਣ ਤਾਂ ਉਹਨੇ ਮੋਦੀ ਨੇ ਇੱਕ ਹੋਰ ਇਹ ਕੀ ਕਹਿੰਦੇ ਆ ਪੱਥਰ ਮਾਰ ਦਿੱਤਾ ਕਿ ਇਹਨਾਂ ਨੂੰ ਛੇੜਛੇੜਾਂ ਕਿ ਤੇਲ ਦੇ ਰੇਟ ਬਹੁਤ ਵਧਾ ਦਿੱਤੇ ਤੇਲ ਇਸ ਵਕਤ 93 ਰੁਪਈਏ ਹੋ ਗਿਆ 7 ਰੁਪਏ ਘੱਟ ਅਤੇ ਲੱਗਦਾ ਹੈ ਕਿ ਇੱਕ ਦੋ ਦਿਨਾਂ ਵਿੱਚ ਉਹ 100 ਰੁਪਏ ਹੋ ਜਾਏਗਾ ਇਸ ਬਾਰੇ ਕੀ ਕਹਿਣਾ ਉਹਨਾਂ ਨੇ ਕੁਛ ਨਾ ਕੁਛ ਕਰੀ ਜਾਣਾ ਬਿਲਕੁਲ ਕੁਛ ਨਾ ਕੁਛ ਛੇੜ ਛੇੜੀ ਜਾਣੀ ਆ ਤੰਗ ਕਰਨਾ ਕਿਸੇ ਤਰ੍ਹਾਂ ਵੀ ਕਰਨਾ ਉਹਨਾਂ ਨੇ ਹਾਂਜੀ ਇਹ ਉੱਠ ਕੇ ਚਲੇ ਜਾਣਾ ਹਾਂਜੀ ਪਰ ਆਪਾਂ ਉੱਠਣ ਵਾਲੇ ਕੁਛ ਨਾ ਹਾਂਜੀ ਉੱਠਣ ਵਾਲੇ ਨਹੀਂ ਆ ਜੱਟਾ ਸਿੰਘ ਆ ਸਾਰੇ ਉੱਥੇ ਡਟੇ ਹੋਏ ਆ ਬਿਲਕੁਲ ਜੀ ਹਾਂਜੀ ਮਜ਼ਦੂਰ ਸਿੰਘ ਜੋ ਵੀ ਸਾਰੇ ਉੱਥੇ ਡਟੇ ਹੋਏ ਆ ਮਤਲਬ ਆਪਣਾ ਹੱਕ ਲੈ ਕੇ ਹੀ ਵਾਪਸ ਆਓਗੇ ਹਾਂਜੀ ਹੱਕ ਤਾਂ ਪੂਰਾ ਉਹ ਤਾਂ ਲੈ ਕੇ ਆਉਣਗੇ ਪਤਾ ਹੀ ਆ ਤੁਹਾਨੂੰ ਸਿੱਖ ਸਿੱਖਾਂ ਦੀ ਕੌਮ ਆ ਬਿਲਕੁਲ ਜੀ ਕਦੀ ਪਿੱਛੇ ਪੈਰ ਨਹੀਂ ਪੱਟਣ ਵਾਲੀ ਭਾਵੇਂ ਜਾਨਾਂ ਚਲੇ ਜਾਣ ਪਿੱਛੇ ਨਹੀਂ ਪੈਰ ਪੱਟਣਗੇ ਉਹ ਵਾਹ ਜੀ ਵਾਹ ਸੁਣੋ ਮੇਰੀ ਭੈਣ ਦੀਆਂ ਉਹ ਦਿਲੋਂ ਨਿਕਲੀਆਂ ਜਜ਼ਬਾਤੀ ਗੱਲਾਂ ਕਿ ਇਹ ਸਿੱਖਾਂ ਦੀਆਂ ਧੀਆਂ ਨੇ ਸਿੱਖ ਪਰਿਵਾਰ ਨਾਲ ਦੇ ਘਰੇ ਜੰਮੀਆਂ ਨੇ ਅਤੇ ਸ਼ਹੀਦੀਆਂ ਪਾਉਣੀਆਂ ਖੂਨਾਂ ਨਾਲ ਸਿੰਜੇ ਪੈਰ ਲਬੇੜਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦੇ ਨੇ ਜੇਕਰ ਸ਼ਹੀਦੀਆਂ ਵੀ ਪਾ ਕੇ ਅਸੀਂ ਆਪਣਾ ਹੱਕ ਨਾ ਲੈ ਸਕੇ ਤਾਂ ਫਿਰ ਸਾਡੇ ਲਈ ਜਿਉਣ ਦਾ ਕੋਈ ਮਤਲਬ ਨਹੀਂ ਸੋ ਉਹਨਾਂ ਕਹਿ ਦਿੱਤਾ ਹੈ ਕਿ ਅਸੀਂ ਬਿੱਲ ਵੀ ਰੱਦ ਕਰਾਵਾਂਗੇ ਅਤੇ ਆਪਣੇ ਹੱਕ ਲੈ ਕੇ ਵੀ ਵਾਪਸ ਆਵਾਂਗੇ ਸੋ ਕੈਮਰਾਮੈਨ ਗੁਰਮੀਤ ਸਿੰਘ ਦੇ ਨਾਲ ਹਰਮਿੰਦਰ ਗਿੱਲ ਰਈਆ